ਸੋਹਣੀ ਕਾਂਸੀ ਹੁੰਦੀ ਸੀ ਬੱਚੀ ਦਾ ਰਸਤਾ ਬਣਾਉਣਾ ਚੌਵੀ ਸਾਲ ਨੂੰ ਦਿਖਾ ਦਿੰਦੀ ਤੈਨੂੰ ਹਰ ਮੇਰੀ ਬੱਚੀ ਹਰ ਮੇਰਾ ਬਜ਼ੁਰਗ ਹਰ ਮੇਰਾ ਭਰਾ
ਉਹ ਅੱਛੀ ਜ਼ਿੰਦਗੀ ਜੀਏ, ਅੱਛੀ ਵਧੀਆ ਜ਼ਿੰਦਗੀ ਜੀਏ। ਇਸ ਕਰੀਏ ਉਹ ਮੰਡੀ ਵਾਲਿਓ, ਇਹ ਮੰਡੀ ਵਾਲਿਓ, ਐਨਕਾਂ ਪਾਈਏ ਵਾਲਿਓ, ਉਹ ਮਾਰੇ ਵਿੱਚ ਬਹੀਓ ਤੋਂ ਫਿਰ ਤੁਸੀਂ ਫਿਰ ਇਹ ਮੰਡੀ ਵਾਲੇ ਕੌਣ ਪੁੱਛੇਗਾ, ਉਹ ਜਾਣਦਾ ਮੰਡੀ ਵਾਲੇ ਨੇ, ਇਹ ਚੌਧਰੀ ਲਾਲ ਸਿੰਘ ਜਾਣਦਾ, ਇਹ ਮੰਡੀ ਵਾਲੇ ਕੌਣ ਜਾਣਦਾ, ਇਹ ਸਾਰਾ ਨਜ਼ੀਰ ਹੈ ਫੌਜੀ ਹੈ, ਕੌਣ ਜਾਣਦਾ ਸੀ, ਚੌਧਰੀ ਲਾਲ ਸਿੰਘ ਜਾਣਦਾ, ਕੌਣ ਜਾਣਦਾ ਪਟੋਰੇ ਦਾ ਹੈ, ਕੋਈ ਜਾਣਦਾ, ਤੁਸੀਂ ਪਤਾ। ਇਸ ਕਰੀਏ ਇੱਕ ਹੋਰ ਨਜ਼ੀਰ ਹੈ ਡਾਕਟਰ, ਉੱਠੀਏ ਦੱਸੇ ਨੀ ਕਿ ਮੈਂ ਵੀ ਡਾਕਟਰ ਹੈ। ਇਸ ਕਰੀਏ ਕੌਣ ਜਾਣਦਾ, ਮੈਂ ਪੁੱਛਣਾ, ਚੌਧਰੀ ਲਾਲ ਸਿੰਘ ਜਾਣਦਾ, ਕੌਣ ਜਾਣਦਾ ਡਾਕਟਰ ਬੰਸੀ ਹੋਰ, ਉੱਠਿਓ ਬੰਸੀ ਜੀ ਕੈਪਟਨ ਜੀ, ਕੌਣ ਜਾਣਦਾ ਕੈਪਟਨ ਸਾਲ ਸਿੰਘ, ਕੌਣ ਜਾਣਦਾ ਕੈਪਟਨ ਕਿਕਰ ਸਿੰਘ, ਕੌਣ ਜਾਣਦਾ ਸ਼ਫਰ, ਤੇ ਕੌਣ ਜਾਣਦਾ ਫਰੂਕ, ਇਹ ਜਾਣਦਾ ਚੌਧਰੀ ਲਾਲ ਸਿੰਘ, ਕੌਣ ਜਾਣਦਾ ਚੌਧਰੀ ਲਾਲ ਸਿੰਘ, ਤੇ ਇਹ ਚੌਧਰੀ ਲਾਲ ਸਿੰਘ ਜਾਣਦਾ ਹੈ, ਤੇ ਜਿਹੜਾ ਪੁੱਤਰੇ ਕੀ ਪਤਾ ਹੀ ਨੀ ਹੈ, ਪਤਾ ਹੀ ਨੀ, ਘਰ ਨੀ ਹੈ ਬਸਰੀ ਤੇ ਪਿੰਡ ਸਾਰਾ ਸਰੀ, ਇਸ ਲਈ ਇਹ ਬੱਬੂ ਗੱਲ ਯਾਦ ਰੱਖਿਆ ਮੇਰੀ ਜੀ ਦੌਰਾਨ, ਉੱਤਰ ਕੁਮਾਰ ਕੀ ਕੌਣ ਜਾਣਦਾ ਕਿ ਮਾੜਾ ਪੱਟੀ ਦਾ, ਕੋਈ ਜਾਣਦਾ, ਉੱਤਰ ਕੁਮਾਰ ਮੇਰਾ ਵੱਡਾ, ਉੱਤਰ ਕੁਮਾਰ ਮਾੜਾ ਪੱਟੀ ਦਾ ਕੋਈ ਦੱਸੇ ਨਾ, ਕੋਈ ਮੁੰਡਾ ਖੜੋ ਹੀ ਮੈਂ ਦੱਸਦਾ। ਇਸ ਲਈ ਚੌਧਰੀ ਲਾਲ ਸਿੰਘ ਹੈ, ਉਹ ਹਰ ਉਸ ਬੰਦੇ ਦੀ, ਹਰ ਉਸ ਬਜ਼ੁਰਗ ਦੀ ਪਹਿਚਾਣ ਹੈ। ਉਹ ਬੂਟੀ ਸਿੰਘ ਖੜਾ ਜਾ ਮੈਂ ਰਹੇ ਬੂਟੀ ਸਿੰਘ ਦਾ, ਇਸ ਬੂਟੀ ਸਿੰਘ ਦਾ ਮੁੰਡਾ ਵਿਸ਼ੂ ਪੁੱਤਰ ਮੋਹਾਨਾ ਨੀ ਭੇਜਾ ਫਾਇਦਾ ਨੀ, ਉਹ ਵਿਸ਼ੂ ਵੀ ਇਹ ਵੇਖਦਾ, ਉਹ ਇੰਨਾ ਬੜਾ ਲਾਇਕ ਬੱਚਾ, ਇੱਕ ਲੰਦਾ ਪੁੱਤਰ ਬਜ਼ਾਰਾ ਨੀ ਚੱਲਦਾ, ਜਿਹੜਾ ਆਪਣੀ ਗਲੀ ਜਿਹੜੀ ਨਾ ਅਸ ਆਪਣੀ ਗਲੀ ਗਲੀ ਦਾ ਬਣਾ ਲੈਂਦੇ ਹਾਂ, ਮਨਰੇਗਾ ਰੱਖੀ ਲੈਂਦੇ ਹਾਂ, ਤੇ ਤੂੰ ਤੇ ਮੈਂ ਤਿਆਰੀ ਲਾ ਲੈ ਗਈ, ਆਪਣੀ ਗਲੀ ਬਣਾ ਲੈ ਗਈ, ਚਾਰੇ ਪੈਸੇ ਆਈ ਜਾਣ, ਤੇ ਉਹ ਬੱਚਾ ਕਿੰਨਾ ਪੋਸਟ ਗ੍ਰੈਜੂਏਟ ਪੜ੍ਹਿਆ ਲਿਖਾ, ਮੇਰੀ ਸਲਾਹ ਨਾ ਕਰੇ ਮੁਸਕਰਾਈਏ, ਤੇ ਕਰੇ ਦਿਲ ਚ ਕਿਉਂ ਆ ਕਿ ਅਸੀਂ ਪੜ੍ਹੀ ਲਿਖੀਏ ਤੇ ਗਰਦੀ ਹੋ ਚੁੱਕੀਏ, ਗਲੀਆਂ ਬਣਾ ਕੇ ਆਈ ਐਮ ਸਾਰੀ ਇਸ ਗੌਰਮੈਂਟ ਦੀ, ਐਸੀ ਤਸੀ ਇਸ ਚੋਰੇ ਦੀ, ਸਾਰੇ ਬੱਚੇ ਦੇ ਵਿਚਾਰ। ਇਸ ਕਰੀਏ ਬੁੜੀ ਸਿੰਘ, ਇਹ ਦਿਨ ਥੋੜੇ ਦਿਨ ਥੋੜੇ ਦਿਨ ਚੈਨ ਸਿੰਘ ਦਾ ਮੁੰਡਾ ਮਾਨੇ ਪੁੱਛੋ, ਮੈਂ ਚੈਨ ਸਿੰਘ ਕੀ, ਇੱਕ ਚੈਨ ਸਿੰਘ ਹੈ, ਇੱਕ ਚੈਨ ਸਿੰਘ ਚੋਰ ਪੁਰੇ ਦਾ, ਕੁਦਰਾ ਨਾਇਕ ਸਰਪੰਚ, ਦੋਏ ਨਾਇਕ ਸਰਪੰਚ, ਤੁਸੀਂ ਬੋਲਾ ਕੁੱਥੇ ਚੈਨ ਸਿੰਘ ਦੂਆ, ਬਹੁਤ ਖੜਾ ਕਰੋ ਕੁੱਥੇ, ਉਹ ਉੱਠੋ ਚੈਨ ਸਿੰਘ ਕਿਹੜਾ ਦੂਆ ਸਾਡਾ ਕੁੱਥੇ ਹੈ, ਚੈਨ ਸਿੰਘ ਜੀ ਉਹ ਲਿਖੋ ਪਿੱਛੇ, ਚੈਨ ਸਿੰਘ ਪਿੱਛੇ ਬੋਏ, ਚੈਨ ਸਿੰਘ ਅੱਗੇ ਬੋਏ, ਜਾਣਦਾ ਕੌਣ ਹੈ, ਚੌਧਰੀ ਲਾਲ ਸਿੰਘ, ਸਦਾਨੰਦ ਔਰ ਭਾਈ ਉਹ ਕੌਣ, ਉਹ ਬੈਠੇ ਸਦਾਨੰਦ ਔਰ, ਉੱਠਿਓ ਮੈਂ ਪੁੱਛਣਾ ਨਾ, ਧਾਰਮਾਨਪੁਰ ਇਹ ਜਾਣਦੇ, ਧਾਰਮਾਨਪੁਰ ਮੈਂ ਜਾਣਦਾ, ਤੁਸੀਂ ਕੀ ਬੋਲਾ ਧਾਰਮਾਨਪੁਰ ਕੀ ਹੈ, ਧਾਰਮਾਨਪੁਰ ਦੱਸੇ ਉੱਥੇ ਹੈ, ਔਰ ਮੈਂ 43 ਕਰੋੜ ਰੁਪਏ ਸੜਕ ਦਾ ਦਿੱਤਾ, ਜ਼ੀਰੋ ਮੋੜ ਕਰ ਲਈ ਧਾਰਮਾਨਪੁਰ, ਸਾਰਾ ਪੈਸਾ ਚੋਰਾਂ ਖਾਈ ਲਿਆ, ਮੈਂ ਜੋ ਜੀਆ ਮੈਂ ਗਿਆ, ਮੇਰੇ ਪਿੱਛੋਂ ਪੈਸਾ 1-1 ਲੀਰਾ ਲੀਰਾ ਹੋਇਆ, ਆਈ ਐਮ ਸੌਰੀ। ਇਹ ਕੌਣ ਜਾਣਦਾ ਸਾਡਾ ਬਜ਼ੁਰਗ ਗੋਵਿੰਦਰਾ ਮੋਰ ਵੀ ਹੈ, ਗੋਵਿੰਦਰਾ ਮੋਰ ਸਾਡੀ ਸ਼ਰਮਾ ਸਾਹਿਬ, ਮੇਰੀ ਸਾਡੀ ਜਾਨ ਜਸ਼ਮਾ ਦੇ ਸਾਰੇ ਲੋਕ, ਮੇਰੇ ਦੋ ਦੋਸਤ ਬੈਠੇ ਨੇ, ਮੇਰੇ ਸੁਨੀਲ ਸਾਹਿਬ ਤੋਂ ਬੈਠੇ ਨੇ ਬੈਂਕ ਦੇ ਮੈਨੇਜਰ ਰਿਟਾਇਰ ਨੇ, ਸਾਡਾ ਉੱਤਮ ਸਿੰਘ ਮਨਵਾਨ ਦਾ ਬੈਠੇ ਦਾ, ਨਰਿੰਦਰ ਸਿੰਘ ਸਾਂਬੇ ਦਾ ਮੇਰਾ ਭਾਈ, ਸਾਰੀਆਂ ਗੱਲਾਂ ਸੁਣਾਉਣਾ ਚਾਹੁੰਦਾ ਮੈਂ, ਹਾਰਡਲੀ 15-20 ਮਿੰਟ ਲੈਣੇ ਨੇ, ਸਾਨੂੰ ਪੰਗੀ ਡੋਗਰਾ ਸਾਡਾ ਲੀਡਰ ਹੈ, ਤੇ ਮੈਂ ਸਾਰੇ ਗੱਲਾਂ ਚਾਹੁੰਦਾ, ਮੇਰੀ ਰਿਕੁਐਸਟ ਹੈ ਸਾਰੇ ਸਰੀਰ ਨੇ ਬੜਾ ਕੰਮ ਕੀਤਾ,
ਆਏ ਉਹਦੇ ਕਹਿੰਦੀ ਟੀਮ ਨੇ ਹੁਣ ਜਿਹਦਾ ਨਾਂ ਲੈ ਲਿਆ ਮਾਫ਼ੀ ਲੈ ਲਿਓ ਕਿਉਂ ਨਾਂ ਲੈਣੇ ਕਹਿੰਦੇ ਕੁਛ ਉਠਾ ਦੀਆਂ ਤੇ ਮੈਂ ਤੁਸੀਂ ਸਲਾਹ ਚਲਾ ਸੁਣੋ ਤੁਹਾਡਾ ਜਿੰਨੇ ਕੰਮ ਬੈਲੈਂਸ ਕੋਈ ਕੰਮ ਤੁਹਾਡੇ ਨਹੀਂ ਜਾਣਦਾ ਤੁਸੀਂ ਨੀ ਪਤਾ ਨਗਾਰੀ ਸੜਕ ਖਲੋਤੀ ਦੀ ਹੈ ਤੁਸੀਂ ਨੀ ਪਤਾ ਬਾਗ ਸੜਕ ਖਲੋਤੀ ਦੀ ਹੈ ਤੁਸੀਂ ਨੀ ਪਤਾ ਸਾਡੀ ਮਾੜੀਗੜ ਸੜਕ ਖਲੋਤੀ ਦੀ ਹੈ ਤੁਸੀਂ ਨੀ ਪਤਾ ਸਾਡੀ ਗੁੰਨੀ ਖਲੋਤੀ ਦੀ ਹੈ ਤੁਸੀਂ ਨੀ ਪਤਾ ਦਮਾਠਲੀ ਖਲੋਤੀ ਦੀ ਹੈ ਤੁਸੀਂ ਨੀ ਪਤਾ ਕੁਨੂ ਇੰਕਲਾਬ ਦੀ ਜਾਨੂ ਦੰਨਾ ਖਲੋਤੀ ਦੀ ਹੈ ਤੁਸੀਂ ਨੀ ਪਤਾ ਕਿਵੇਂ ਜਨਾਬ ਦੀ ਸੜਕਾਂ ਸੁਣਾਉਣਾ ਕੁਸੇ ਵੀ ਨਹੀਂ ਇਸ ਗੱਲ ਦਾ ਪਤਾ ਸਾਡੇ ਕੰਮ ਰੁਕੇ ਨੇ ਕੁੱਥੇ ਕੁੱਥੇ ਰੁਕੇ ਨੇ ਸਾਡੀਆਂ ਸੜਕਾਂ ਨਿਆਲੀ ਦੀ ਸੜਕ ਹੈ ਸਾਰੀ ਕੋਰ ਦੀ ਧਾਰ ਕੋਰ ਦੀ ਜਿਹੜੀ ਪਿੱਛੋਂ ਸਾਰੀ ਬਰਬਾਦ ਹੋਈ ਦੀ ਹੈ ਮੇੜ ਬਿਲਕੁਲ ਖਤਮ ਹੈ ਮੇੜ ਦੇ ਅੰਦਰ ਬਿਲਕੁਲ ਵਿਵਸਥਾ ਨਹੀਂ ਹੈ ਹੋਰ ਤੇ ਜਿੰਨੀਆਂ ਲੜਕੇ ਲਾ ਕੇ ਸੜਕਾਂ ਕੋਈ ਕੁਛ ਨਹੀਂ ਹੋ ਸਕਿਆ ਮੇਰੇ ਪੂਰੇ ਪਿੰਡ ਛੋੜਨੇ ਦੇ ਬਾਅਦ ਇੱਕ ਇੰਚ ਨਹੀਂ ਬੜੀ ਬਾਬੂ ਦੇ ਭਲੇ ਬਾਬੂ ਬਾਬੂ ਇਹ ਮਿਹਾਲੀ ਵਾਲੇ ਬੜੀ ਪਿੱਛੋਂ ਸੜਕ ਸ਼ੁਰੂ ਕੀਤੀ ਸੀ ਉੱਥੇ ਖੜੀ ਉਸੇ ਜਗ੍ਹਾ ਪੈਂਦੀ ਹੈ ਇਸ ਕਰੀ ਮੈਂ ਕਹਿਣਾ ਚਾਹੁੰਦਾ ਸੜਕਾਂ ਮੈਂ ਡਿਗਰੀ ਕਾਲਜ ਦਿੱਤਾ ਤੇ ਡਿਗਰੀ ਕਾਲਜ ਕਹਿ ਦਿੱਤਾ ਕਿ ਕੋਈ ਬੱਚਾ ਸਾਡਾ ਪੜ੍ਹਾਈ ਦੇ ਬਗੈਰ ਡਿਗਰੀ ਕੀਤੇ ਬਗੈਰ ਕੋਈ ਕੁੜੀ ਕੋਈ ਜਾਣ ਨਹੀਂ ਰਵੇ ਅੱਜ ਇਹਨਾਂ ਕੀ ਕੀਤਾ ਕਾਨੂੰਨ ਬਣਾਇਆ ਬਾਰਵੀਂ ਪਾਸ ਕਰਨੇ ਦੇ ਬਾਅਦ ਉਹੇ ਬੰਦਾ ਤੇਰਵੀਂ ਦਾਖਲ ਹੋ ਜਿਹੜਾ ਦੁਬਾਰਾ ਬਾਰਵੀਂ ਦਾ ਇਹਦਾ ਇੰਟਰਵਿਊ ਦੇ ਜਿਹੜਾ ਬੋਰਡ ਦਾ ਦਿੱਤੇ ਲੋਕ ਘੱਟ ਹੈ ਇਸ ਘੜੀ ਸੁਣੋ ਮੇਰੇ ਬੱਚੀ ਬੱਚੀ ਹੋ 8 ਤਰੀਕ ਦੇ ਬਾਅਦ ਸਾਡੀ ਸਰਕਾਰ ਬਣਨੀ ਕਾਨੂੰਨ ਖਤਮ ਹੈ ਖਤਮ ਬਾਰਵੀਂ ਪਾਸ ਤੇ ਤੇਰਵੀਂ ਦਾਖਲ ਇਹਨੇ ਪਿਓ ਵਾਲੇ ਕਾਲੇ ਅਸਾਂ ਬਣਾਏ ਅਸੇ ਚੌਧਰੀ ਲਾਲ ਸਿੰਘ ਨੇ ਬਣਾਏ ਮੈਂ 18 ਡਿਗਰੀ ਕਾਲੇ ਬਣਾਏ ਐਸ ਏ ਐਮ ਪੀ ਏਐਮਪੀ ਸਕੂਲ ਦਾ ਦੱਸਿਆ ਇੱਕ ਸਕੂਲ ਦੱਸਿਆ 14 ਪੋਸਟਾਂ ਹਾਈ ਸੈਕੰਡਰੀ ਸ਼ੀਤਲ ਨਗਰ ਪੋਰਟ ਦੀ ਬੰਦ ਖਾਲੀ 18 ਪੋਸਟਾਂ ਮਾਸ਼ਟਾ 17-18 ਪੋਸਟਾਂ ਧਰਮਾਨਪੁਰ ਅਨੇ ਮੇਰਾ ਪੁੱਤਰ ਦਰਵਾਜ਼ੇ ਖੋਤੇ ਥਲਾ ਗਿਆ ਮੇਰੇ ਤੇ ਗਲਾਣਾ ਚਾਹੁੰਦਾ ਕਿੰਨੀਆਂ ਪੋਸਟਾਂ ਸਾਡੀਆਂ ਸੰਗਣਕਾਰ ਹਾਈ ਸੈਕੰਡਰੀ ਪੋਸਟਾਂ ਖਾਲੀ ਔਰ ਤੁਸੀਂ ਕੋਈ ਹਾਈ ਸੈਕੰਡਰੀ ਸਕੂਲ ਹਾਈ ਸਕੂਲ ਚਲੀ ਜਾਓ ਮਿਡਲ ਸਕੂਲ ਚਲੀ ਜਾਓ ਪ੍ਰਾਇਮਰੀ ਸਕੂਲ ਚਲੀ ਜਾਓ ਸਾਰੇ ਦੀ ਪੋਸਟਾਂ ਖਾਲੀ ਕਿਉਂ ਖਾਲੀ ਇਸ ਕਰੀਏ ਖਾਲੀ ਨੇ ਗਿਆ ਬਠਿੰਡੀ ਵਾਲੇ ਇਸ ਕਰੀਏ ਖਾਲੀ ਨੂੰ ਫਰਕ ਹੈ ਇਸ ਕਰੀਏ ਖਾਲੀ ਨੇ ਕਿ ਇਹਨਾਂ ਸਟੇਟ ਤੋੜੀ ਸਟੇਟ ਤੋੜ ਦੇ ਕੰਨੇ ਰੈਫਰੇ ਤਲੀਮ ਸਕੀਮ ਖਤਮ ਕੀਤੀ ਆਈ ਟੀ ਅੱਜ ਉਹ ਸਕੀਮ ਖਤਮ ਹੈ ਕੋਈ ਬੱਚਾ ਗਰਾਂ ਦਾ ਗਰਾਂ ਚ ਨੌਕਰ ਨਹੀਂ ਹੋ ਸਕਦਾ ਔਰ ਅੱਜ ਮੈਂ ਚੌਧਰੀ ਲਾਲ ਸਿੰਘ ਆਖਣਾ ਡਾਂਕੇ ਦੀ ਚੋਟ ਰੱਖਣਾ ਅੱਜ ਦੀ ਇਲੈਕਸ਼ਨ ਜਿੱਤਣ ਬਾਅਦ ਮੈਂ ਦੇਖਿਆ ਕਿਹੜਾ ਪਿਓ ਦਾ ਪੁੱਤਰ ਸਾਰੇ ਲੋਕੀ ਰੋਕੇ ਨੌਕਰੀ ਸਾਰੇ ਲੋਕ ਕਰਨਗੇ ਸਾਰੇ ਬੱਚੇ ਕਰਨਗੇ ਸਾਰੀਆਂ ਧੀਆਂ ਕਰਨਗੀਆਂ ਬੇਟੀ ਪੜ੍ਹਾਓ ਤੇ ਬੇਟੀ ਬਚਾਓ ਪੜ੍ਹਾਓ ਬਾਰਵੀਂ ਦਾਖਲੇ ਹੋਣ ਤੇ ਬਚਾਓ ਉਹ ਮਾਡਲ ਸਬ ਡਿਸਟ੍ਰਿਕਟ ਹਾਸਪਿਟਲ ਖੋਲਿਆ ਚੌਧਰੀ ਲਾਲ ਸਿੰਘ ਨੇ ਉਸ ਹਾਸਪਿਟਲ ਦੇ ਅੰਦਰ 18 ਡਿਗਰੀ 18 ਡਾਕਟਰੀ ਪੋਸਟਾਂ ਖਾਲੀ ਮੈਂ ਦਿੱਤਾ ਉੱਥੇ ਪ੍ਰਾਈਵੇਟ ਬੈਂਕ ਬੰਦ ਆਰਟੀਸਟਲ ਐਕਸਰੇ ਬੰਦ ਕ੍ਰਿਟੀਕਲ ਐਂਬੂਲੈਂਸ 70 ਲੱਖ ਰੁਪਏ ਦਿੱਤੀ ਸਾਰੀ ਬੇਟੀ ਬਚਾਓ ਕਿਹਾ ਭਾਈ ਹੈ ਨੀ ਔਰ ਮੇਰੇ ਜ਼ਮਾਨੇ ਦੇ ਅੰਦਰ ਇਲਾਜ ਹੁੰਦਾ
ਔਰ ਮੇਰੇ ਲੋਕਾਂ ਦੀ ਧੀਏ ਭੈਣਾਂ ਰੋਵਦਾ ਹਰੀ ਚੌਧਰੀ ਲਾਲ ਸਿੰਘ ਦੀ ਸਰਾਣਾ ਤੂੰ ਦੁਆਈ ਨਹੀਂ ਕੀਤਾ, ਸਾਰੇ ਡਰਦੇ ਚਿੱਟੇ ਕੱਪੜੇ ਪਾਏ ਹੈ ਸਾਰੇ, ਅੱਜ ਕੋਈ ਨੀ ਲੱਭਦਾ ਚਿੱਟੇ ਕੱਪੜੇ ਵਾਲਾ, ਹਜੇ ਪਤਾ ਲੱਗਦਾ ਡਾਕਟਰ ਵੀ ਅਜੇ ਨਹੀਂ ਹੈ। ਇਹ ਸਾਰੀ ਹਾਲਤ ਹੈ, ਇਹ ਸਾਰੀ ਹਾਲਤ ਕੋਈ ਬਣਾਈ, ਕੋਈ ਬਣਾਈ ਦੱਸੋ, ਕੋਈ ਬਣਾਈ, ਕੋਈ ਬਣਾਈ, ਕੋਈ ਬਣਾਈ। ਤੇ ਜੇ ਬੀਜੇਪੀ ਨੇ ਵੀ ਹਾਲਤ ਬਣਾਈ, ਬੂਥਾਂ ਨਹੀਂ ਤੇ ਬੀਜੇਪੀ ਵਾਲੇ ਇਲੈਕਸ਼ਨ ਲੈਣੇ, ਹਾਲਤ ਤੁਸੀਂ ਸਾਰੀ ਉਹ ਕਰੀ ਉੜੀ ਤੇ ਇਲੈਕਸ਼ਨ ਲੈਣਾ, ਐ ਮੌਬੜੀ ਜੋਗਾ ਚੌਕੜਾ ਤੇ ਪੁੱਤਰ ਬਸੇਗਾ ਹੈ। ਇਸ ਕਰੀ ਮੈਂ ਜਨਾਬ ਸਾਰੇ ਗ੍ਰਾਮ ਚਾਹੁੰਦਾ, ਇਹ ਪੁਲ ਦਿੱਤਾ 150 ਕਰੋੜ ਦਾ ਚੌਧਰੀ ਲਾਲ ਸਿੰਘ ਹੈ, ਮੈਂ ਦਿੱਤਾ ਮੈਂ, ਔਰ ਸਾਰੀ ਸ਼ਾਨਦਾਰ ਕੀਤੀ ਮੈਂ, ਔਰ ਮਸ਼ੋਈ ਖੂਬਸੂਰਤ ਫੁੱਲੇ ਕਹਿੰਦਾ ਸੜਕੇ ਕਹਿੰਦਾ ਸਲਾਈ ਚੌਧਰੀ ਲਾਲ ਸਿੰਘ ਹੈ, ਔਰ ਬਰਬਾਦ ਕੀਤੀ ਜੇ ਬੀਜੇਪੀ ਨੇ ਬਰਬਾਦ ਕੀਤੀ ਤੇ ਬਰਬਾਦ ਤੁਸੀਂ ਕਰਨਾ, ਤੁਸੀਂ ਕਰਨਾ। ਔਰ ਅਗਲੀ ਗੱਲ, ਕੱਲ ਵੀ ਮਾਲੋ ਪਾਉਂਦਾ ਰਸਤਾ ਬੰਦ ਹੁੰਦਾ, ਤੇ ਕਿਹੜਾ ਰਸਤਾ? ਇਹ ਰਸਤਾ ਚੌਧਰੀ ਲਾਲ ਸਿੰਘ ਨੇ ਦਿੱਤੇ ਰਸਤਾ, ਇੰਟਰਨੈਸ਼ਨਲ ਔਰ ਹਿੰਦੁਸਤਾਨ ਦਾ ਔਰ ਸਾਰੇ ਦੇਸ਼ ਵਿੱਚ ਜੋੜਨ ਵਾਲਾ ਰਸਤਾ ਚੌਧਰੀ ਲਾਲ ਸਿੰਘ ਨੇ ਐਜ਼ ਏ ਐਮ ਪੀ ਦਿੱਤਾ। ਮੈਡਮ ਸੋਨੀਆ ਗਾਂਧੀ ਔਰ ਦੁਨੀਆ ਕਿੰਨੇ ਜਹਾਜ ਦੁਆਰੇ ਇੱਥੇ ਮੈਂ ਰੋਜ਼ ਚੜਾਈ ਕਰਦਾ ਹਾਂ, ਤੇ ਡਿਕਾ ਮਿਨਿਸਟਰ ਐਮ ਓ ਐਸ ਹੋਮ ਡਿਫੈਂਸ ਪਰੇ ਬਰਾਜ ਤੂੰ ਉਸੀ ਮੈਂ ਕਦੀ ਝੈਂਕਰ ਲੈ ਜਾਣਾ ਜੀ, ਝੈਂਕਰ ਹੈ ਪਾਣੀ ਚਾੜਨੀ ਸੀ ਅੱਛਾ, ਚਾਹੇ ਬਰਾ ਤੋੜਨਾ ਵੀ ਮੇਰੀ ਖਲੋਰ ਹੈ, ਖਲੋ ਜਾਂਦੇ ਹੈ ਪੰਦੇੜ ਜਾਂਦੇ ਖੰਭੇ ਬਰਾ ਖੰਭਾ ਟੁੱਟਦਾ ਖੰਭਾ ਬਣਾਇਆ ਜਾ ਖਿੜਕੀਆਂ ਵੀ ਚੱਲਦੇ ਛੁੜੱਲੇ ਚੌਧਰੀ ਲਾਲ ਸਿੰਘ ਦੱਸੋ ਕੋਈ ਛੋੜਦਾ ਰਹਿਦਾ ਹੁੰਦਾ, ਸਾਰੇ ਛੋੜਦੇ ਕੋਈ ਸੜਕਾਂ ਬਣਾਈਆਂ, ਅਗਰ ਅੱਜ ਸੜਕਾਂ ਟੁੱਟੀਆਂ ਅਗਰ ਅੱਗੇ ਤੇਰੇ ਚ ਨਹੀਂ ਹੋ ਸਕੀਆਂ ਤੇ ਕੁਦਾ, ਅਗਰ ਡਿਗਰੀ ਕਾਲਜ ਬਣੀ ਦਿੱਤਾ ਤੇ ਚੌਧਰੀ ਲਾਲ ਸਿੰਘ ਨੇ ਕਾਂਗਰਸ ਨੇ ਮੇਰੀ ਪਾਰਟੀ ਨੇ ਅਸਰ ਦਿੱਤਾ ਮੈਂ ਖਾਣਾ ਡੀਲ ਕਰ ਲੈਣਾ, ਤੇ ਹਾਈ ਹਾਈ ਕੋਨੀ ਦਾ ਸਾਰਾ ਬੋਰਡ ਦਾ ਅਧਿਕਾਰ ਤਾਂ ਕੇ ਕੁੜੀ ਹੈ ਗਿਰਦਾਰੀ ਲਾਲ ਡੋਗਰ ਦੇ ਨਾਮ ਪਰ ਡਿਗਰੀ ਕਾਲਜ ਹੀਰਾ ਨਗਰ ਚੌਧਰੀ ਲਾਲ ਸਿੰਘ ਹੈ। ਮੈਂ ਦਿੰਦਾ ਕਿੰਨੇ ਕੰਮ ਕੋਲੇ ਮੈਂ ਪਿੱਛੇ ਦਿਨ ਇੱਕ ਬਲਾਕ ਹਾ ਸੋਰੀ ਕਹਿੰਦਾ ਵੀਡੀਓ ਬਲਾਕ ਇੱਕ 14 ਪੰਚਾਇਤਾਂ ਅੱਜ 4 ਬਲਾਕ ਨਵੀਂ ਚਾਰ ਤੇਰੀ ਸਪੀਕ ਬੈਕ 4 ਬਲਾਕ ਤੇ 39 ਪੰਚਾਇਤਾਂ ਔਰ ਜੰਮੂ ਕਸ਼ਮੀਰ ਚ ਕੋਈ ਐਸੀ ਕਾਂਸਟੀਚੁਐਂਸੀ ਨਹੀਂ ਜਿਹਦੇ 4 ਬਲਾਕ ਨੇ, ਜੰਮੂ ਕਸ਼ਮੀਰ ਦੀ ਕੋਈ ਐਸੀ ਕਾਂਸਟੀਚੁਐਂਸੀ ਨਹੀਂ ਜਿੱਥੇ 2 ਡਿਗਰੀ ਕਾਲਜ ਮਾਨਪੁਰ ਤੇ ਬਸੋਲੀ ਚੌਧਰੀ ਲਾਲ ਸਿੰਘ ਹੈ ਜਿਹਨੇ ਦਿੱਤੇ ਦਾ 14 ਬਲਾਕ ਦਾ ਮਤਲਬ 6 ਪੰਚਾਇਤਾਂ ਪਰ ਬਲਾਕ ਧਾਰ ਮਾਨਪੁਰ 22 ਪੰਚਾਇਤਾਂ ਪੁੱਛੜ ਕੇ ਸੁਣੀ 18-20 ਪੰਚਾਇਤਾਂ ਪਰ ਬਲਾਕ ਨੂੰ ਥੱਲੇ 20-20 ਪੰਚਾਇਤਾਂ ਤਹਿਸੀਲ ਬਣਾਈ ਉੱਥੇ ਮਾਨਪੁਰ ਮੈਂ ਬਲਾਕ ਬਣਾਇਆ ਮੈਂ ਕਾਲੇ ਦਿੱਤਾ ਮੈਂ ਔਰ ਇਸ ਜਿਹੜੀ ਪਾਰਟੀ ਬੀਜੇਪੀ ਇਹਨਾਂ ਉੱਥੇ ਇੱਕ ਸਬ ਡਿਵੀਜ਼ਨ ਹਾ ਕਹਿੰਦਾ ਪੀਡਬਲਿਊਡੀ ਦਾ ਉਹ ਕਿੱਥੇ ਬਜਾਇਆ ਮਾਨਪੁਰ ਚੁੱਕੀ ਹੈ ਉੱਥੇ ਲੀਤਾ ਬਿਲਾਲ ਮਿਲੀ ਮਾਨਪੁਰ ਦਾ ਸਬ ਡਿਵੀਜ਼ਨ ਦਫ਼ਤਰ ਖਤਮ ਮੈਂ ਦਿੱਤਾ ਬੇੜਾ ਘਰ ਕੁੱਲ ਕੀਤਾ ਸਬ ਡਿਵੀਜ਼ਨ ਸੁਣੋ ਬੀਜੇਪੀ ਵਾਲਿਓ ਉਤਰੋ
ਚੌਧਰੀ ਲਾਲ ਸਿੰਘ ਜਿਸ ਪਾਵਰ ਚ ਆ ਗਿਆ, ਇਹ ਸਬ ਡਿਵੀਜ਼ਨ ਵਾਪਸ ਆਏਗਾ, ਮਾਨ ਪੁੱਛੇਗਾ, ਹੁੰਦਾ ਬੱਠਰਾ ਸਾਰਾ ਬੱਠਰਾ। ਮੈਂ ਇਹ ਜਿਹੜਾ ਅੱਜ ਡੀਸੀ ਬੈਠੇ ਤੇ ਅਡੀਸ਼ਨਲ ਡੀਸੀ ਇਹ ਪੋਸਟ ਪਰ ਦਿੱਤੀ ਚੌਧਰੀ ਲਾਲ ਦਿੱਤੀ, ਨਗਰੇ ਸੁਣਿਆ ਤੇ ਚੌਧਰੀ ਲਾਲ ਸਿੰਘ ਦਿੱਤੀ ਉਹਨੇ, ਚੌਧਰੀ ਲਾਲ ਸਿੰਘ ਹੈ। ਇਸ ਕਰੀਏ ਡਿਵੀਜ਼ਨ ਫਾਰੈਸਟ ਆਫਿਸਰ ਡੀਐਫਓ ਦਫ਼ਤਰ ਕੁੰਨ ਦਿੱਤਾ, ਬੁਲਾਉਣ ਜਾਂਦੇ ਸੀ ਤੁਸੀਂ ਡੀਐਫਓ ਬਣਾਇਆ, ਸ਼ੰਤੀਰੀਆਂ ਦਿੱਤੀਆਂ, ਮਸੋਲੀ ਦਿੱਤੀਆਂ, ਧਾਰਨਾਪੁਰ ਦਿੱਤੀਆਂ, ਸ਼ੀਤਲਾ ਨਗਰ ਦਿੱਤੀਆਂ, ਸ਼ੰਤੀਰੀਆਂ, ਅੱਜ ਕੁੱਥੇ ਸ਼ੰਤੀਰੀਆਂ, ਇਹ ਕੁੰਨ ਖਤਮ ਕੀਤੀਆਂ, ਕੁੰਨ ਖਤਮ ਕੀਤੀਆਂ, ਕਿਰਾਇਆ 108 ਰੁਪਏ ਤੇ ਕੁੰਡੀ ਫ੍ਰੀ, ਮੇਰੇ ਜ਼ਮਾਨੇ ਚ ਕਿਰਾਇਆ ਬਿਜਲੀ ਦਾ 108 ਤੇ ਕੁੰਡੀ ਫ੍ਰੀ ਲਾ ਲਓ ਤੁਸੀਂ, ਕੋਈ ਕਿਸੇ ਨੀ ਪੁੱਛਦਾ ਉਹਦਾ ਰਾਜ ਹੈ ਚੌਧਰੀ ਲਾਲ ਸਿੰਘ ਦਾ। ਇਹ ਪੁੱਤਰ ਬੀਜਪੀ ਦੀ ਕੁੰਡੀਆ, ਸ਼ਰਮਾਨਾ 500 ਰੁਪਏ ਪੈਸਾ ਕਿਰਾਇਆ 500 ਰੁਪਏ ਵਾਲਾ ਲਈਏ ਤੇ ਕਈ ਹਜ਼ਾਰਾਂ ਜਗ੍ਹਾ ਪਜਾਇਆ, ਕੁੰਡ 108 ਦਿੱਤਾ, ਕੁੰਡ ਮੁਫ਼ਤ ਕੁੰਡੀ ਲਾਈ, ਕੁੰਡ ਪੁਰਾਣੀ ਕਰੋ, ਜਿੰਦਨੇ ਬਾਅਦ ਕੁੰਡੀ ਫਿਰ ਲੱਗੇਗਾ, ਕਿਰਾਇਆ ਫਿਰ ਕਰੇਗਾ, ਕਿਰਾਇਆ ਮਾਫ਼ੀ।